ਇੰਨੇ ਦਿਨੀ ਢੱਡਰੀਆਂ ਵਾਲਾ ਅਤੇ ਸਮੂਹ ਸਿੱਖ ਜਥੇਬੰਦੀਆਂ ਵਿਚਕਾਰ ਵੱਡਾ ਵਿਵਾਦ ਸੁਲਝਣ ਦਾ ਨਾਂ ਹੀ ਨਹੀਂ ਲੈ ਰਿਹਾ। ਜਿਸ ਤਰ੍ਹਾਂ ਦੇ ਹਾਲਾਤ ਹਨ, ਇੰਝ ਲੱਗਦਾ ਕਿ ਸੁਲਝੇਗਾ ਵੀ ਨਹੀਂ, ਕਿਉਂਕਿ ਢੱਡਰੀਆਂ ਵਾਲਾ ਟੀਵੀ ਚੈਨਲ 'ਤੇ ਡਿਬੇਟ ਦੀ ਚੁਣੌਤੀ ਦੇ ਰਹੇ ਨੇ। ਉੱਧਰ ਟਕਸਾਲ ਦੇ ਬਾਬਾ ਧੁੰਮਾ ਭਾਈ ਅਜਨਾਲਾ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਢੱਡਰੀਆਂ ਵਾਲਿਆਂ ਨੂੰ ਅਪੀਲ ਕਰ ਰਹੇ ਨੇ ਕਿ ਸੰਗਤ 'ਚ ਆ ਕੇ ਦੁਬਿਧਾ ਦੂਰ ਕੀਤੀ ਜਾਵੇ। ਪਰ ਇਹ ਹਾਲਾਤ ਬਣ ਕਿਉਂ ਰਹੇ ਨੇ, ਇਸ 'ਤੇ ਪੜਚੋਲ ਕਰਨੀ ਬਣਦੀ ਹੈ। ਇਸ ਮਾਮਲੇ ਨੂੰ ਭਖਾਉਣ ਪਿੱਛੇ ਜੋ ਤਾਰ ਹਿੱਲਦੀ ਹੈ ਉਹ ਸਿਆਸੀ ਹੈ। ਜੀ ਹਾਂ, ਇਹ ਬਿਲਕੁਲ ਸੱਚ ਹੈ, ਜਿਸ ਨੂੰ ਸੋਚ ਕੇ ਹੈਰਾਨ ਹੋਵੋਗੇ। ਤੁਹਾਡੇ ਯਾਦ ਹੋਵੇਗਾ, ਦਰਅਸਲ ਇਹ ਮਸਲਾ ਢੱਡਰੀਆਂ ਵਾਲਾ ਦੇ ਵਿਭਾਗ ਬੋਲਾਂ ਕਰਕੇ ਛਿੜਿਆ ਹੋਇਆ, ਜਿਸ ਨੂੰ ਸੰਗਤ ਸਮਝ ਤਾਂ ਰਹੀ ਹੈ ਪਰ ਸਹੀ ਤਰੀਕੇ ਨਾਲ ਡੂੰਘਾਈ ਨਾਲ ਇਹ ਨਹੀਂ ਸਮਝ ਰਹੀ ਕਿ ਇਹ ਕਿਉਂ ਹੋ ਰਿਹਾ। ਢੱਡਰੀਆਂ ਵਾਲਾ ਨੂੰ ਪੰਥਕ ਮੁੱਦੇ 'ਤੇ ਘੇਰਿਆ ਜਾ ਰਿਹਾ ਅਤੇ ਇਲਜ਼ਾਮ ਲੱਗ ਰਿਹਾ ਕਿ ਕਿੰਤੂ ਪਰੰਤੂ ਕੀਤਾ ਜਾਂਦਾ, ਪਰ ਇਹ ਗੱਲ ਤਾਂ ਪਰਦੇ 'ਤੇ ਦਿਖਾਈ ਦੇ ਰਹੀ ਹੈ। ਜੋ ਗੱਲ ਪਰਦੇ ਦੇ ਪਿੱਛੇ ਹੈ ਉਹ ਬੜੀ ਹੈਰਾਨੀਜਨਕ ਹੈ। ਹੁਣ ਦੱਸਾਂਗੇ ਇਹ ਸਭ ਕਿਉਂ ਹੋ ਰਿਹਾ। ਸੰਨ 2015 ਬੁਰਜ ਜਵਾਹਰ ਸਿੰਘ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਅਤੇ ਫਿਰ ਅੰਗ ਖਿਲਾਰ ਦਿੱਤੇ। ਇੱਕ ਪੋਸਟਰ ਲੱਗਿਆ ਜਿਸ 'ਚ ਲਿਖਿਆ ਗਿਆ ਕਿ ਸਿੱਖੋ, ਤੁਸੀਂ ਡੇਰਾ ਮੁਖੀ ਗੁਰਮੀਤ ਰਾਮਹੀਨ ਦੀ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ, ਇਸ ਕਰਕੇ ਇਹ ਬੇਅਦਬੀ ਕੀਤੀ ਗਈ। ਦੂਜੀ ਘਟਨਾ, ਬੇਅਦਬੀ ਤੋਂ ਬਾਅਦ ਸਿੱਖ ਜਥੇਬੰਦੀਆਂ ਜਿਸ 'ਚ ਢੱਡਰੀਆਂ ਵਾਲਾ, ਪੰਥਪ੍ਰੀਤ ਸਿੰਘ, ਮਾਝੀ ਸਣੇ ਹੋਰ ਆਗੂਆਂ ਨੇ ਧਰਨਾ ਲਾਇਆ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਰਕਾਰ ਘਿਰ ਚੁੱਕੀ ਸੀ ਕਿਉਂਕਿ ਮਾਮਲਾ ਬਹੁਤ ਵੱਡਾ ਸੀ। ਖੁਫੀਆ ਸੂਤਰ ਦੱਸਦੇ ਨੇ ਕਿ ਉਸ ਵੇਲੇ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਧਰਨਾ ਚੁੱਕਣ ਲਈ ਕਿਹਾ ਗਿਆ, ਪਰ ਢੱਡਰੀਆਂ ਵਾਲਿਆਂ ਨੇ ਇਹ ਕਿਹਾ ਕਿ ਇਹ ਫੈਸਲਾ ਹੁਣ ਸੰਗਤ ਦਾ ਅਤੇ ਫਿਰ ਸੁਖਬੀਰ ਬਾਦਲ ਖਫਾ ਹੋਏ ਅਤੇ ਬਸ ਫਿਰ ਕੀ ਸੀ, ਲਾਠੀਚਾਰਜ ਹੋਇਆ, ਗੋਲੀ ਚੱਲੀ ਅਤੇ ਦੋ ਸਿੰਘ ਸ਼ਹੀਦ ਹੋ ਗਏ। ਤੀਜੀ ਘਟਨਾ, ਡੇਰਾ ਮੁਖੀ ਨੂੰ ਮੁਆਫ਼ੀ ਦੇਣੀ। ਇਸ ਗੱਲ ਦਾ ਵਿਰੋਧ ਵੀ ਢੱਡਰੀਆਂ ਵਾਲਾ ਸਟੇਜਾਂ ਤੋਂ ਕਰਦੇ ਆਏ ਨੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਇਹਨਾਂ ਪੁਰਾਣੇ ਮਾਮਲਿਆਂ ਦਾ ਢੱਡਰੀਆਂ ਵਾਲੇ ਨਾਲ ਕੀ ਸੰਬੰਧ ਹੈ। ਅਸੀਂ ਦੱਸਾਂਗੇ ਕਿ ਇਹਨਾਂ ਘਟਨਾਵਾਂ ਦਾ ਹੀ ਅੱਜ ਦੇ ਵਿਵਾਦ ਨਾਲ ਸੰਬੰਧ ਹੈ, ਕਿਉਂਕਿ ਪਿੱਛੇ ਸਿਆਸੀ ਧਿਰ ਹੈ ਜਿਸ ਦੇ ਇਸ਼ਾਰਿਆਂ 'ਤੇ ਇਹ ਸਭ ਕੁਝ ਹੋ ਰਿਹਾ। 2015 'ਚ ਬੇਅਦਬੀ ਅਤੇ ਫਿਰ ਗੋਲੀਕਾਂਡ, 2016 'ਚ ਕਤਲਾਨਾ ਹਮਲਾ ਸਾਹਨੇਵਾਲ ਲੁਧਿਆਣਾ। ਦਰਅਸਲ ਇਹ ਹਮਲਾ ਉਸ ਵੇਲੇ ਤਾਂ ਹੋਇਆ ਜਦੋਂ, ਕਿਉਂਕਿ ਢੱਡਰੀਆਂ ਵਾਲਾ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ 'ਤੇ ਸਰਕਾਰੀ ਸੰਤ ਹੋਣ ਦਾ ਇਲਜ਼ਾਮ ਲਾਇਆ ਅਤੇ ਇਹ ਤਾਂ ਸੀ ਸਾਰਾ ਮਸਲਾ ਜੋ ਸਿਆਸੀ ਰੂਪ ਉਸ ਵੇਲੇ ਧਾਰਨ ਕਰ ਗਿਆ। ਢੱਡਰੀਆਂ ਵਾਲਾ ਨੂੰ ਵੀ ਨਹੀਂ ਪਤਾ ਹੋਣਾ ਕਿ ਉਹਨਾਂ ਨੂੰ ਪੁਰਾਣੇ ਮਾਮਲਿਆਂ ਦੀ ਤਰਜ਼ 'ਤੇ ਨਵੇਂ ਇਲਜ਼ਾਮਾਂ 'ਚ ਘੇਰਾ ਪਾ ਲਿਆ ਜਾਵੇਗਾ। ਦਰਅਸਲ 2022 ਦੀ ਵਿਧਾਨ ਸਭਾ ਚੋਣ ਨਜ਼ਦੀਕ ਆ ਰਹੀ ਹੈ, ਉਸ ਤੋਂ ਪਹਿਲਾਂ ਢੱਡਰੀਆਂ ਵਾਲਾ ਦੇ ਦਬਾਅ ਬਣਾਉਣ ਦੀ ਇਹ ਰਣਨੀਤੀ ਹੈ। ਕਾਰਨ ਇਹੀ ਹੈ, ਢੱਡਰੀਆਂ ਵਾਲਾ ਹਮੇਸ਼ਾ ਇਹੀ ਗੱਲ ਦਾ ਜ਼ਿਕਰ ਕਰਦਾ ਹੈ ਕਿ ਡੇਰਾ ਮੁਖੀ ਨੂੰ ਗਲਤ ਮੁਆਫ਼ੀ ਦਿੱਤੀ, ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਵੱਡੀ ਗਲਤੀ ਸੀ। ਸੋ ਅਕਾਲੀ ਦਲ ਨਹੀਂ ਚਾਹੁੰਦਾ ਕਿ 2022 ਦੀ ਚੋਣ ਵੇਲੇ ਉਸਨੂੰ ਕੋਈ ਅਜਿਹਾ ਮੁੱਦਾ ਉਸ ਸਾਹਮਣੇ ਹੋਵੇ ਜਿਸ ਨਾਲ ਪਾਰਟੀ ਦੀ ਛਵੀ ਖਰਾਬ ਹੋਵੇ। ਅਕਾਲੀ ਦਲ ਕਹਿ ਰਿਹਾ ਕਿ ਬੇਅਦਬੀ ਅਸੀਂ ਨਹੀਂ ਕਰਵਾਈ। ਹੁਣ ਮਾਮਲਾ ਡੇਰਾ ਮੁਖੀ ਦੀ ਮੁਆਫ਼ੀ ਦਾ ਜੋ ਪੰਥਕ ਮੁੱਦਾ ਬਣ ਚੁੱਕਾ, ਇਸ ਕਰਕੇ ਇਸ ਵਿਰੋਧ ਦੀ ਤਾਰ ਕੋਈ ਵਿਸ਼ੇਸ਼ ਸਿਆਸੀ ਧਿਰ ਵੱਲੋਂ ਹਿਲਾਈ ਜਾ ਰਹੀ ਹੈ ਅਤੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਪੰਥਕ ਮੁੱਦਿਆਂ 'ਤੇ ਕਿੰਤੂ ਪਰੰਤੂ ਕੀਤਾ ਜਾ ਰਿਹਾ। ਹਾਲਾਂਕਿ ਪੰਜਾਬੀਆ ਟੀਵੀ ਇਹ ਗੱਲ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰੇਗਾ ਕਿ ਢੱਡਰੀਆਂ ਵਾਲਾ ਦਾ ਕੁਝ ਕਾਂਗਰਸੀ ਵਿਧਾਇਕਾਂ ਦੇ ਘਰ ਆਉਣ ਜਾਣ ਦਾ ਸਿਲਸਿਲਾ ਵੀ ਰਿਹਾ ਹੈ, ਜਿਸ 'ਚ ਹਰਦਿਆਲ ਸਿੰਘ ਕੰਬੋਜ, ਜੋ ਰਾਜਪੁਰਾ ਤੋਂ ਕਾਂਗਰਸ ਦੇ ਵਿਧਾਇਕ ਨੇ। ਖੈਰ, ਇਹ ਜੋ ਹੁਣ ਸਿਆਸੀ ਹਾਲਾਤ ਬਣਾਏ ਜਾ ਰਹੇ ਨੇ, ਇਹਨਾਂ ਤੋਂ ਸਪਸ਼ਟ ਹੋ ਚੁੱਕਿਆ ਹੈ ਕਿ ਇਹ ਧਾਰਮਿਕ ਮੁੱਦਾ ਨਹੀਂ ਰਿਹਾ, ਬਲਕਿ ਸਿਆਸੀ ਅਤੇ ਸਿਆਸਤ ਨਾਲ ਜੁੜਿਆ ਮੁੱਦਾ ਹੈ, ਜਿਸ ਨੂੰ ਕਦੇ ਸੰਗਤ ਸਮਝ ਨਹੀਂ ਸਕੇਗੀ। ਬਿਊਰੋ ਰਿਪੋਰਟ, ਪੰਜਾਬੀ ਟੀਵੀ। ਇੰਨੇ ਦਿਨੀ ਢੱਡਰੀਆਂ ਵਾਲਾ ਅਤੇ ਸਮੂਹ ਸਿੱਖ ਜਥੇਬੰਦੀਆਂ ਵਿਚਕਾਰ ਵੱਡਾ ਵਿਵਾਦ ਸੁਲਝਣ ਦਾ ਨਾਂ ਹੀ ਨਹੀਂ ਲੈ ਰਿਹਾ। ਜਿਸ ਤਰ੍ਹਾਂ ਦੇ ਹਾਲਾਤ ਹਨ, ਇੰਝ ਲੱਗਦਾ ਕਿ ਸੁਲਝੇਗਾ ਵੀ ਨਹੀਂ, ਕਿਉਂਕਿ ਢੱਡਰੀਆਂ ਵਾਲਾ ਟੀਵੀ ਚੈਨਲ 'ਤੇ ਡਿਬੇਟ ਦੀ ਚੁਣੌਤੀ ਦੇ ਰਹੇ ਨੇ। ਉੱਧਰ ਟਕਸਾਲ ਦੇ ਬਾਬਾ ਧੁੰਮਾ ਭਾਈ ਅਜਨਾਲਾ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਢੱਡਰੀਆਂ ਵਾਲਿਆਂ ਨੂੰ ਅਪੀਲ ਕਰ ਰਹੇ ਨੇ ਕਿ ਸੰਗਤ 'ਚ ਆ ਕੇ ਦੁਬਿਧਾ ਦੂਰ ਕੀਤੀ ਜਾਵੇ।
ਪਰ ਇਹ ਹਾਲਾਤ ਬਣ ਕਿਉਂ ਰਹੇ ਨੇ ਇਸ 'ਤੇ ਪੜਚੋਲ ਕਰਨੀ ਪੈਂਦੀ ਹੈ। ਇਸ ਮਾਮਲੇ ਨੂੰ ਭਖਾਉਣ ਪਿੱਛੇ ਜੋ ਤਾਰ ਹਿੱਲਦੀ ਹੈ ਉਹ ਸਿਆਸੀ ਹੈ। ਜੀ ਹਾਂ, ਇਹ ਬਿਲਕੁਲ ਸੱਚ ਹੈ ਜਿਸ ਨੂੰ ਸੋਚ ਕੇ ਹੈਰਾਨ ਹੋਵੋਗੇ। ਤੁਹਾਡੇ ਯਾਦ ਹੋਵੇਗਾ, ਦਰਅਸਲ ਇਹ ਮਸਲਾ ਟੱਡਰੀਆਂਵਾਲਾ ਦੇ ਵਿਭਾਗ ਬੋਲਾਂ ਕਰਕੇ ਛਿੜਿਆ ਹੋਇਆ, ਜਿਸ ਨੂੰ ਸੰਗਤ ਸਮਝ ਤਾਂ ਰਹੀ ਹੈ ਪਰ ਸਹੀ ਤਰੀਕੇ ਨਾਲ ਡੂੰਘਾਈ ਨਾਲ ਇਹ ਨਹੀਂ ਸਮਝ ਰਹੀ ਕਿ ਇਹ ਕਿਉਂ ਹੋ ਰਿਹਾ। ਟੱਡਰੀਆਂਵਾਲਾ ਨੂੰ ਪੰਥਕ ਮੁੱਦੇ 'ਤੇ ਘੇਰਿਆ ਜਾ ਰਿਹਾ ਅਤੇ ਇਲਜ਼ਾਮ ਲੱਗ ਰਿਹਾ ਕਿ ਕਿੰਤੂ ਪਰੰਤੂ ਕੀਤਾ ਜਾਂਦਾ, ਪਰ ਇਹ ਗੱਲ ਤਾਂ ਪਰਦੇ 'ਤੇ ਦਿਖਾਈ ਦੇ ਰਹੀ ਹੈ। ਜੋ ਗੱਲ ਪਰਦੇ ਦੇ ਪਿੱਛੇ ਹੈ ਉਹ ਬੜੀ ਹੈਰਾਨੀਜਨਕ ਹੈ। ਹੁਣ ਦੱਸਾਂਗੇ ਇਹ ਸਭ ਕਿਉਂ ਹੋ ਰਿਹਾ। ਸੰਨ 2015 ਬੁਰਜ ਜਵਾਹਰ ਸਿੰਘ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਚੋਰੀ ਹੋਏ ਅਤੇ ਫਿਰ ਅੰਗ ਖਿਲਾਰ ਦਿੱਤੇ। ਇੱਕ ਪੋਸਟਰ ਲੱਗਿਆ ਜਿਸ 'ਚ ਲਿਖਿਆ ਗਿਆ ਕਿ ਸਿੱਖੋ, ਤੁਸੀਂ ਡੇਰਾ ਮੁਖੀ ਗੁਰਮੀਤ ਰਾਮਹੀਮ ਦੀ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ, ਇਸ ਕਰਕੇ ਇਹ ਬੇਅਦਬੀ ਕੀਤੀ ਗਈ। ਦੂਜੀ ਘਟਨਾ, ਬੇਅਦਬੀ ਤੋਂ ਬਾਅਦ ਸਿੱਖ ਜਥੇਬੰਦੀਆਂ ਜਿਸ 'ਚ ਟੱਡਰੀਆਂਵਾਲਾ, ਪੰਥਪ੍ਰੀਤ ਸਿੰਘ ਮਾਝੀ ਸਣੇ ਹੋਰ ਆਗੂਆਂ ਨੇ ਧਰਨਾ ਲਾਇਆ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਰਕਾਰ ਘਿਰ ਚੁੱਕੀ ਸੀ ਕਿਉਂਕਿ ਮਾਮਲਾ ਬਹੁਤ ਵੱਡਾ ਸੀ। ਖੁਫੀਆ ਸੂਤਰ ਦੱਸਦੇ ਨੇ ਕਿ ਉਸ ਵੇਲੇ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਧਰਨਾ ਚੁੱਕਣ ਲਈ ਕਿਹਾ ਗਿਆ, ਪਰ ਟੱਡਰੀਆਂਵਾਲਾ ਨੇ ਇਹ ਕਿਹਾ ਕਿ ਇਹ ਫੈਸਲਾ ਹੁਣ ਸੰਗਤ ਦਾ ਅਤੇ ਫਿਰ ਸੁਖਬੀਰ ਬਾਦਲ ਖਫਾ ਹੋਏ ਅਤੇ ਬਸ ਫਿਰ ਕੀ ਸੀ, ਲਾਠੀਚਾਰਜ ਹੋਇਆ, ਗੋਲੀ ਚੱਲੀ ਅਤੇ ਦੋ ਸਿੰਘ ਸ਼ਹੀਦ ਹੋ ਗਏ। ਤੀਜੀ ਘਟਨਾ, ਡੇਰਾ ਮੁਖੀ ਨੂੰ ਮੁਆਫ਼ੀ ਦੇਣੀ। ਇਸ ਗੱਲ ਦਾ ਵਿਰੋਧ ਵੀ ਟੱਡਰੀਆਂਵਾਲਾ ਸਟੇਜਾਂ ਤੋਂ ਕਰਦੇ ਆਏ ਨੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਇਹਨਾਂ ਪੁਰਾਣੇ ਮਾਮਲਿਆਂ ਦਾ ਟੱਡਰੀਆਂਵਾਲੇ ਨਾਲ ਕੀ ਸੰਬੰਧ ਹੈ। ਅਸੀਂ ਦੱਸਾਂਗੇ ਕਿ ਇਹਨਾਂ ਘਟਨਾਵਾਂ ਦਾ ਹੀ ਅੱਜ ਦੇ ਵਿਵਾਦ ਨਾਲ ਸੰਬੰਧ ਹੈ, ਕਿਉਂਕਿ ਪਿੱਛੇ ਸਿਆਸੀ ਧਿਰ ਹੈ ਜਿਸ ਦੇ ਇਸ਼ਾਰਿਆਂ 'ਤੇ ਇਹ ਸਭ ਕੁਝ ਹੋ ਰਿਹਾ। 2015 'ਚ ਬੇਅਦਬੀ ਅਤੇ ਫਿਰ ਗੋਲੀਕਾਂਡ, 2016 'ਚ ਕਤਲਾਨਾ ਹਮਲਾ ਸਾਹਨੇਵਾਲ ਲੁਧਿਆਣਾ। ਦਰਅਸਲ ਇਹ ਹਮਲਾ ਉਸ ਵੇਲੇ ਤਾਂ ਹੋਇਆ ਜਦੋਂ ਕਿਉਂਕਿ ਟੱਡਰੀਆਂਵਾਲਾ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ 'ਤੇ ਸਰਕਾਰੀ ਸੰਤ ਹੋਣ ਦਾ ਇਲਜ਼ਾਮ ਲਾਇਆ ਅਤੇ ਇਹ ਤਾਂ ਸੀ ਸਾਰਾ ਮਸਲਾ ਜੋ ਸਿਆਸੀ ਰੂਪ ਉਸ ਵੇਲੇ ਧਾਰਨ ਕਰ ਗਿਆ। ਟੱਡਰੀਆਂਵਾਲਾ ਨੂੰ ਵੀ ਨਹੀਂ ਪਤਾ ਹੋਣਾ ਕਿ ਉਹਨਾਂ ਨੂੰ ਪੁਰਾਣੇ ਮਾਮਲਿਆਂ ਦੀ ਤਰਜ਼ 'ਤੇ ਨਵੇਂ ਇਲਜ਼ਾਮਾਂ 'ਚ ਘੇਰਾ ਪਾ ਲਿਆ ਜਾਵੇਗਾ। ਦਰਅਸਲ 2022 ਦੀ ਵਿਧਾਨ ਸਭਾ ਚੋਣ ਨਜ਼ਦੀਕ ਆ ਰਹੀ ਹੈ, ਉਸ ਤੋਂ ਪਹਿਲਾਂ ਟੱਡਰੀਆਂਵਾਲਾ ਦੇ ਦਬਾਅ ਬਣਾਉਣ ਦੀ ਇਹ ਰਣਨੀਤੀ ਹੈ। ਕਾਰਨ ਇਹੀ ਹੈ, ਟੱਡਰੀਆਂਵਾਲਾ ਹਮੇਸ਼ਾ ਇਹੀ ਗੱਲ ਦਾ ਜ਼ਿਕਰ ਕਰਦਾ ਹੈ ਕਿ ਡੇਰਾ ਮੁਖੀ ਨੂੰ ਗਲਤ ਮੁਆਫ਼ੀ ਦਿੱਤੀ, ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਵੱਡੀ ਗਲਤੀ ਸੀ। ਸੋ ਅਕਾਲੀ ਦਲ ਨਹੀਂ ਚਾਹੁੰਦਾ ਕਿ 2022 ਦੀ ਚੋਣ ਵੇਲੇ ਉਸਨੂੰ ਕੋਈ ਅਜਿਹਾ ਮੁੱਦਾ ਉਹ ਸਾਹਮਣੇ ਹੋਵੇ ਜਿਸ ਨਾਲ ਪਾਰਟੀ ਦੀ ਛਵੀ ਖਰਾਬ ਹੋਵੇ। ਅਕਾਲੀ ਦਲ ਕਹਿ ਰਿਹਾ ਕਿ ਬੇਅਦਬੀ ਅਸੀਂ ਨਹੀਂ ਕਰਵਾਈ। ਹੁਣ ਮਾਮਲਾ ਡੇਰਾ ਮੁਖੀ ਦੀ ਮੁਆਫ਼ੀ ਦਾ ਜੋ ਪੰਥਕ ਮੁੱਦਾ ਬਣ ਚੁੱਕਾ, ਇਸ ਕਰਕੇ ਇਸ ਵਿਰੋਧ ਦੀ ਤਾਰ ਕੋਈ ਵਿਸ਼ੇਸ਼ ਸਿਆਸੀ ਧਿਰ ਵੱਲੋਂ ਹਿਲਾਈ ਜਾ ਰਹੀ ਹੈ ਅਤੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਪੰਥਕ ਮੁੱਦਿਆਂ 'ਤੇ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੈ। ਹਾਲਾਂਕਿ ਪੰਜਾਬੀਆ ਟੀ ਵੀ ਇਹ ਗੱਲ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰੇਗਾ ਕਿ ਟੱਡਰੀਆਂਵਾਲਾ ਦਾ ਕੁਝ ਕਾਂਗਰਸੀ ਵਿਧਾਇਕਾਂ ਦੇ ਘਰ ਆਉਣ ਜਾਣ ਦਾ ਸਿਲਸਿਲਾ ਵੀ ਰਿਹਾ ਹੈ, ਜਿਸ 'ਚ ਹਰਦਿਆਲ ਸਿੰਘ ਕੰਬੋਜ ਜੋ ਰਾਜਪੁਰਾ ਤੋਂ ਕਾਂਗਰਸ ਦੇ ਵਿਧਾਇਕ ਨੇ। ਖੈਰ, ਇਹ ਜੋ ਹੁਣ ਸਿਆਸੀ ਹਾਲਾਤ ਬਣਾਏ ਜਾ ਰਹੇ ਨੇ ਇਹਨਾਂ ਤੋਂ ਸਪਸ਼ਟ ਹੋ ਚੁੱਕਿਆ ਹੈ ਕਿ ਇਹ ਧਾਰਮਿਕ ਮੁੱਦਾ ਨਹੀਂ ਰਿਹਾ ਬਲਕਿ ਸਿਆਸੀ ਅਤੇ ਸਿਆਸਤ ਨਾਲ ਜੁੜਿਆ ਮੁੱਦਾ ਹੈ ਜਿਸ ਨੂੰ ਕਦੇ ਸੰਗਤ ਸਮਝ ਨਹੀਂ ਸਕੇਗੀ। ਬਿਊਰੋ ਰਿਪੋਰਟ, ਪੰਜਾਬੀ ਟੀ ਵੀ।